ਫਲੋਰ ਲਾਡੋਵਾਲ ਟੋਲ ਪਲਾਜ਼ਾ ਦੇ ਵਧਾਏ ਰੇਟਾਂ ਨੂੰ ਘਟਾਉਣ ਲਈ ਆਮ ਆਦਮੀ ਪਾਰਟੀ ਹਲਕਾ ਹੁਸ਼ਿਆਰਪੁਰ ਤੋਂ ਕੌਂਸਲਰ ਜਸਪਾਲ ਸਿੰਘ ਚੇਚੀ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਲਾਡੋਵਾਲ ਟੋਲ ਪਲਾਜ਼ਾ ਤੇ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕੇਂਦਰ ਸਰਕਾਰ ਅਤੇ ਟੋਲ ਪਲਾਜ਼ਾ ਦੇ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ। ਪਲਾਜ਼ਾ ਤੋਂ ਲੰਘਣ ਵਾਲੇ ਆਮ ਲੋਕਾਂ ਨੂੰ ਰੇਟ ਘਟਾਉਣ ਦੀਆਂ ਤਖਤੀਆਂ ਦਿਖਾ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੂੰ ਦਿੱਤਾ ਅਤੇ ਕਿਹਾ ਜੇਕਰ 17 ਸਤੰਬਰ ਤੱਕ ਰੇਟ ਨਾ ਘਟਾਏ ਗਏ ਉਹਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣਗੇ ਅਤੇ ਜਬਰੀ ਟੋਲ ਪਲਾਜ਼ਾ ਤੋਂ ਰਾਹਗੀਰਾਂ ਦੇ ਵਾਹਨਾਂ ਨੂੰ ਲਗਾਉਣਗੇ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਵਿਸ਼ੇਸ਼ ਤੌਰ ਤੇ ਅਸੀਂ ਸਾਰੇ ਜਿੰਨੇ ਵੀ ਮੇਰੇ ਭਰਾ ਆਏ ਨੇ ਜਿਹੜਾ ਟੋਲ ਦੀ ਇਨਕਰੀਜ਼ਿੰਗ ਹੈ 165 ਰੁਪਏ ਤੋਂ 215 ਰੁਪਏ ਹੋ ਗਏ। ਅੱਜ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਅਸੀਂ ਟੋਲ ਬੁਲਵਾਇਆ ਤੇ ਜਿਹੜਾ ਪ੍ਰੋਟੈਸਟ ਕਰਨ ਆਏ ਤੇ ਮੈਂ ਮੈਨੇਜਰ ਸਾਹਿਬ ਨੂੰ ਕੁਝ ਗੱਲਾਂ ਪੁੱਛਣੀਆਂ ਚਾਹੁੰਦਾ। ਇਸ ਮੰਗ ਪੱਤਰ ਮੇਰੇ ਵੀਰਾਂ ਨੂੰ ਪਤਾ ਆ ਤੇ ਜਿਹੜੀ ਆਮ ਆ ਜਨਤਾ ਲੋਕ ਲੰਘ ਰਹੇ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ 165 ਤੋਂ 215 ਰੁਪਏ ਦੀ ਜਿਹੜੀ ਪਰਚੀ ਹੋ ਗਈ ਆ ਕਿ ਆਮ ਮਜ਼ਦੂਰ ਮਿਹਨਤੀ ਮਰੀਜ਼ ਸਫ਼ਰ ਕਰਨ ਵਾਲੇ ਮੇਰੇ ਭਰਾ ਵਪਾਰੀ ਸਭ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਜਾ ਰਿਹਾ। ਇੱਕ ਸੈਂਟਰ ਸਰਕਾਰ ਦਾ ਇਹ ਟੋਲ ਪਲਾਜ਼ਾ ਆ 215 ਰੁਪਏ ਦੀ ਪਰਚੀ ਹੋ ਗਈ ਆ, ਪਹਿਲਾਂ 165 ਦੀ ਸੀ, 50 ਰੁਪਈਏ ਦਾ ਵਾਧਾ। ਆਹ ਬੰਦਾ ਕੋਈ ਵੀ ਗੱਲ ਕਰੋ ਜਾਂ 50 ਰੁਪਏ ਨਾਲ ਕਿੱਡਾ ਕੁ ਫਰਕ ਪੈ ਗਿਆ। 50 ਰੁਪਈਏ ਦੇ ਨਾਲ ਇੱਕ ਦਿਨ ਦੀ 1 ਲੱਖ ਗੱਡੀ ਲੰਘ ਗਈ, ਘੱਟੋ ਘੱਟ 50 ਲੱਖ ਰੁਪਈਆ ਰੋਜ਼ ਦਾ, 15 ਲੱਖ 15 ਕਰੋੜ ਰੁਪਈਆ ਇੱਕ ਮਹੀਨੇ ਦਾ। ਕੋਈ ਆਮ ਆ ਜਿਹੜੇ ਲੋਕ ਆਮ ਲੋਕਾਂ ਦੀਆਂ ਜੇਬਾਂ 'ਚ ਹੀ ਲਏ ਜਾ ਰਹੇ। ਕਿਉਂਕਿ ਮੇਰਾ ਇੱਕੋ ਹੀ ਮਕਸਦ ਸੀ ਕਿ ਜਿੰਨੇ ਮੇਰੇ ਟਰੱਕਾਂ ਵਾਲੇ ਭਰਾ ਆ, ਟੈਕਸੀ ਯੂਨੀਅਨ ਵਾਲੇ ਭਰਾ ਆ, ਪ੍ਰਾਈਵੇਟ ਬੱਸਾਂ ਵਾਲੇ ਭਰਾ ਆ, ਜਿੰਨੇ ਵੀ ਰੋਜ਼ ਉੱਥੋਂ ਮਿਹਨਤੀ ਲੋਕ ਲੰਘਦੇ ਆ, ਉਹਨਾਂ ਦੀ ਜਿਹੜੀ ਲੋਟਾ ਮੈਂ ਨਹੀਂ ਹੋਣ ਦੇਣੀ। ਕਿਉਂਕਿ ਆਮ ਬੰਦੇ ਦੀ ਗੱਲ ਕੋਈ ਨਹੀਂ ਸੁਣਦਾ। ਲੋਕਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ ਸਾਡਾ ਕਿਤੇ ਹੱਥ ਪੈ ਗਿਆ, ਸਾਡਾ ਕੰਮ ਸੂਤ ਆ ਗਿਆ, ਆਪਾਂ ਕਿਸੇ ਤੋਂ ਕੁਛ ਨਹੀਂ ਲੈਣਾ। ਪਰ ਮੇਰਾ ਇਹ ਮਕਸਦ ਜਿਹੜਾ ਮੇਰਾ ਇੱਕ ਹੈ ਕਿ ਇੱਥੋਂ ਜਦੋਂ ਵੀ ਕੋਈ ਬੰਦਾ ਲੰਘੇ ਉਹਨੂੰ ਲੱਗੇ ਕਿ ਪੈਸੇ ਜਾਇਜ਼ ਲੱਗੇ। ਤੁਸੀਂ ਹੁਣ ਮੰਗ ਪੱਤਰ ਦਿੱਤਾ ਸਰ? ਮੰਗ ਪੱਤਰ ਦਿੱਤਾ। ਕੋਈ ਕਮਿਟਮੈਂਟ ਕੀਤੀ ਤੁਹਾਡੇ ਨਾਲ ਉਹਨਾਂ ਨੇ? ਦੇਖੋ, ਮੈਨੇਜਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਤੁਹਾਡੀਆਂ ਮੰਗਾਂ ਨੇ ਉਹਨੂੰ ਪੂਰੀਆਂ ਕੀਤਾ ਜਾਊਗਾ। ਪਰ ਅਗਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਆਉਣ ਵਾਲੀ 17 ਦਸੰਬਰ ਨੂੰ ਇਹ ਜਿਹੜਾ ਟੋਲ ਆ ਇੱਥੇ ਤੁਹਾਨੂੰ ਆਮ ਲੋਕ ਇਸ ਟੋਲ ਪਲਾਜ਼ੇ 'ਤੇ ਘੁੰਮਦੇ ਨੇ। ਮੈਨੂੰ ਬੜੀ ਖੁਸ਼ੀ ਹੋਈ ਕਿ ਫਲੋਰ ਤੋਂ ਮੇਰੇ ਭਾਈ ਸਾਹਿਬ ਆਏ ਕਹਿੰਦੇ ਤੁਸੀਂ ਸਾਨੂੰ ਹੁਕਮ ਕਰਨਾ ਸੀ ਸਾਨੂੰ ਜੇ ਬੰਦਿਆਂ ਦੀ ਕਮੀ ਅਤੇ ਵੱਡੇ ਬੰਦੇ ਘੁੰਮਣੇ ਸੀ ਕਿ ਟੋਲ ਪਲਾਜ਼ੇ ਦੀ ਜ਼ਰੂਰਤ ਨਹੀਂ ਸੀਗੀ ਕਿ ਆਮ ਲੋਕਾਂ ਨੂੰ ਲੁੱਟਣ। ਸਰ ਜੇ 50 ਰੁਪਏ ਇਹਨਾਂ ਨੇ ਨਹੀਂ ਘਟਾਇਆ, ਵਾਧਾ ਨਹੀਂ ਘਟਾਇਆ, ਤੇ 17 ਤਰੀਕ ਨੂੰ ਤੁਸੀਂ ਕੀ ਲਿਖਿਆ? ਅਸੀਂ ਉਹੀ 17 ਤਰੀਕ ਨੂੰ ਆਇਆ ਕਿ ਇਹ ਟੋਲ ਪਲਾਜ਼ਾ ਆ ਇਹਨੂੰ ਬੰਦ ਕਰਾਇਆ ਜਾਊਗਾ ਮੁਕੰਮਲ ਤੌਰ ਤੇ। ਕਿਸੇ ਵੀ ਭਰਾ ਨੂੰ ਇੱਥੇ ਲਾਈਨਾਂ 'ਚ ਲੱਗਣ ਨਹੀਂ ਦੇਣਾ, ਇਹ ਫ੍ਰੀ ਕਰਾਇਆ ਜਾਊਗਾ। ਕੀ ਤੁਹਾਨੂੰ ਲੱਗਦਾ ਵੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਹ ਤਾਂ ਵਧਾਏ ਗਏ? ਜਿਹੜਾ ਸੈਂਟਰ ਦਾ ਇੱਕੋ ਇੱਕ ਮੰਤਵ ਆ ਕਿ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ। ਹੁਣ ਜਦੋਂ ਕੋਈ ਵੀ ਬੰਦਾ ਇੱਥੇ ਆਊਗਾ ਹੋਰ ਸਟੇਟ ਤੋਂ ਕਿਸੇ ਵੀ ਸਟੇਟ ਤੋਂ ਆਊਗਾ, ਉਹ ਦੇਖੂਗਾ ਯਾਰ ਪੰਜਾਬ 'ਚ ਬੜੀ ਮਹਿੰਗਾਈ ਹੈ, ਹੋਊਗਾ ਨਾ। ਜਦਕਿ ਇਹਦਾ ਜਿਹੜਾ ਮੇਨ ਕਾਰਨ ਆ ਉਹਦਾ ਕਾਰਨ ਵੀ ਸੈਂਟਰ ਹੀ। ਉਹ ਮੈਂ ਅੱਜ ਇੱਕ ਰਾਜਨੀਤਿਕ ਲੀਡਰ ਬਣ ਕੇ ਨਹੀਂ ਆਇਆ, ਮੈਂ ਆਮ ਵੀਰਿਆਂ ਦੇ ਨਾਲ ਖੜ ਕੇ ਆਮ ਲੋਕਾਂ ਦਾ ਦੁੱਖ ਦਰਦ ਨੂੰ ਦੇਖਦੇ ਹੋਏ ਅੱਜ ਮੈਂ ਇੱਥੇ ਆਇਆ। ਸਰ ਸੂਬੇ ਦੇ ਸੀਐਮ ਮਾਨ ਸਾਹਿਬ ਵੱਲੋਂ ਕੀ ਹੈ ਕੋਈ ਇਹਦੇ ਵਾਸਤੇ ਧਿਆਨ ਨਹੀਂ ਲੈਂਦਾ ਤੁਸੀਂ? ਉਹਨਾਂ ਦੇ ਧਿਆਨ 'ਚ ਤਾਂ ਪਹਿਲਾਂ ਹੀ ਆ ਜੀ, ਉਹਨਾਂ ਦੀ ਹਿੱਟ ਲਿਸਟ 'ਤੇ ਆ ਕਿ ਇੱਥੇ ਪੰਜਾਬ ਦੇ ਲੋਕਾਂ ਨੂੰ
सीएम साहब ने लोकल जिहड़े पंजाब स्टेट दे विच जिहड़ी पंजाब दी सड़कां ते लगे होए आ लोकल ओह तां बंद टोल प्लाजे बंद कराते बट सेंटर दा इक इह क्यों नहीं करवाया जी इह वी जल्दी बंद कराता जाऊगा अगर तुसीं सारे वीरियां ने साडा साथ दित्ता धन्यवाद।